ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਵੱਡੀ ਖੁਸ਼ਖਬਰੀ ਆ ਚੁੱਕੀ ਹੈ ਜਿਨ੍ਹਾਂ ਨੇ ਵੀ ਮਾਸਟਰ ਕੈਡਰ ਦਾ ਇਗਜ਼ਾਮ ਦਿੱਤਾ ਹੈ ਉਹਨਾਂ ਵਿੱਚੋਂ ਮੈਥ ਐਂਡ ਸਾਇੰਸ ਦੀ ਜਿਹੜੇ ਸਕਰੂਟੀ ਲਈ ਬੱਚੇ ਬੁਲਾ ਲਏ ਗਏ ਹਨ ਸੋ ਉਹਨਾਂ ਨੂੰ ਇਹ ਨੋਟਿਸ ਉਹਨਾਂ ਨੇ ਰਿਲੀਜ਼ ਕੀਤਾ ਹੈ ਆਪਣੀ ਸਾਈਟ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ 282 ਨੂੰ 3704 ਮਾਸਟਰ ਕੈਡਰ ਅਸਾਮੀਆਂ ਦੀਆਂ ਭਰਤੀਆਂ ਲਈ ਵਿਗਿਆਪਨ ਦਿੱਤਾ ਗਿਆ ਸੀ ਇਸ ਸੰਬੰਧੀ ਵਿਭਾਗ ਵੱਲੋਂ 27 12 2020 28 ਨੂੰ 9 ਨੂੰ ਤੇ 10 ਨੂੰ ਇਹਨਾਂ ਵਿਸ਼ਿਆਂ ਲਈ ਜਿਹੜਾ ਲਿਖਤੀ ਟੈਸਟ ਲਿਆ ਗਿਆ ਸੀ ਉਸ ਤੋਂ ਬਾਅਦ ਹਾਈ ਮੈਰਿਟ ਵਿੱਚ ਆਉਣ ਵਾਲੇ ਉਮੀਦਵਾਰ ਆਪਣੇ ਅਸਲ ਦਸਤਾਵੇਜ਼ਾਂ ਦੀ ਸਕਰੂਟੀ ਲਈ ਦਫ਼ਤਰ ਡਾਇਰੈਕਟੋਰੇਟ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਾਈਕਰੋਸਾਫਟ ਬਿਲਡਿੰਗ 3B 1 ਮੋਹਾਲੀ ਵਿਖੇ 27 1 ਤੋਂ ਅ ਕ੍ਰਮਵਾਰ 9:30 ਵਜੇ ਸੱਦਾ ਦਿੱਤਾ ਜਾਂਦਾ ਹੈ ਅਤੇ ਵਿਸ਼ਾ ਮੈਥ ਤੇ ਸਾਇੰਸ ਵਿਸ਼ੇ ਦਾ ਸਕਰੂਟੀ ਦਾ ਸ਼ਡਿਊਲ ਅ ਵਿਭਾਗ ਦੀ ਵੈਬਸਾਈਟ ਤੇ ਵਿਸ਼ਾ ਅਤੇ ਮਿਤੀ ਵਾਈਜ਼ ਅਪਲੋਡ ਲਿਸਟ ਅਨਸਾਰ ਹੈ ਇਹ ਲਿਖਿਆ ਅਨਸਾਰ ਹੈ ਸੋ ਜਿਹੜੇ ਵੀ ਬੱਚੇ ਜਿਸ ਵੀ ਕੈਟਾਗਰੀ ਵਿੱਚੋਂ ਉਹਨਾਂ ਨੇ ਸਕਰੂਟੀ ਲਈ ਬੁਲਾਏ ਹਨ ਜਿਵੇਂ 27 ਤਰੀਕ ਨੂੰ ਸਵੇਰੇ 9:30 ਵਜੇ ਓਪਨ ਦੇ ਬੱਚੇ ਸ੍ਰੀ ਨੰਬਰ 1 ਤੋਂ 350 ਤੱਕ ਦੇ ਬੱਚੇ ਆਪਣਾ ਨੰਬਰ ਚੈੱਕ ਕਰ ਲੈਣਗੇ ਉਹ ਵੀ ਜਾਣਗੇ ਜੀ ਇਵੇਂ ਹੀ ਜਿਹੜੇ ਈਡਬਲਿਊ ਅਸਤੇ ਹੋਣਗੇ 1 ਤੋਂ ਲੈ ਕੇ 111 ਤੱਕ ਜਿਹੜੇ ਬੱਚੇ ਹੋਣਗੇ ਨੰਬਰ ਵਾਈਜ਼ ਆਪਣਾ ਚੈੱਕ ਕਰਕੇ ਜਿਨ੍ਹਾਂ ਦਾ ਵੀ ਨੰਬਰ ਆਇਆ ਹੈ ਉਹ ਬੱਚੇ ਉੱਥੇ ਜਾ ਕੇ ਆਪਣੀ ਜ਼ਰੂਰ ਵੈਰੀਫਿਕੇਸ਼ਨ ਲਈ ਜਾਣਗੇ ਤੇ ਇਸ ਤਰ੍ਹਾਂ ਹੀ ਇਹ ਸਾਰੀ ਲਿਸਟ ਹੈ ਕਿ 28 ਤਰੀਕ ਨੂੰ ਐਸ ਸੀ ਐਮ ਐਂਡ ਬੀ ਵਾਲੇ ਜਾਣਗੇ ਐਸ ਸੀ ਆਰ ਐਂਡ ਓ ਵਾਲੇ ਜਾਣਗੇ ਸੀਰੀਅਲ ਨੰਬਰ ਤੁਸੀਂ ਆਪਣਾ ਚੈੱਕ ਕਰਕੇ ਉਹ ਵੈਬਸਾਈਟ ਤੇ ਸਾਰਾ ਕੁਝ ਦਿੱਤਾ ਹੋਇਆ ਹੈ ਬਾਕੀ ਮੈਂ ਆਪਣੇ ਟੈਲੀਗ੍ਰam ਚੈਨਲ ਤੇ ਸਾਰਾ ਕੁਝ ਪਾ ਦੂੰਗੀ ਕਿ ਨਾ ਲਿਸਟ ਮੈਂ ਮੈਰਿਟ ਲਿਸਟ ਵੀ ਪਾ ਦੂੰਗੀ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਸਾਇੰਸ ਲਈ ਵੀ ਓਪਨ ਕੈਟਾਗਰੀ ਲਈ ਸੀਰੀਅਲ ਨੰਬਰ 1 2 5 28 ਬੱਚਾ ਨੂੰ ਉਹਨਾਂ ਨੇ 29 ਤਰੀਕ ਨੂੰ ਬੁਲਾਇਆ ਹੈ ਤੇ 30 ਤਰੀਕ ਨੂੰ ਬੁਲਾਇਆ ਹੈ ਇਸ ਤਰ੍ਹਾਂ ਹੀ ਇਹ ਸ਼ਡਿਊਲ ਫਿਕਸ ਹੋ ਗਿਆ ਹੈ 27 ਨੂੰ 28 ਨੂੰ 29 ਨੂੰ 30 ਨੂੰ ਇਹਨਾਂ ਤੋਂ ਬਾਅਦ ਹੀ ਇੰਗਲਿਸ਼ ਵਾਲਿਆਂ ਨੂੰ ਔਰ ਫੇਰ ਪੰਜਾਬੀ ਔਰ ਹਿੰਦੀ ਵਾਲਿਆਂ ਨੂੰ ਵੀ ਉਹਨਾਂ ਨੇ ਇਸੇ ਤਰ੍ਹਾਂ ਬੁਲਾ ਲੈਣਾ ਹੈ ਤੇ ਤੁਸੀਂ ਸਕਰੂਟੀ ਜਾਣ ਲੱਗੇ ਇਹ ਉਸ ਤੋਂ ਪਹਿਲਾਂ ਤੁਸੀਂ ਆਪਣੇ ਸਕਰੂਟੀ ਦਾ ਸ਼ਡਿਊਲ ਉਹਨਾਂ ਦਾ ਜਾਰੀ ਕਰ ਦਿੱਤਾ ਜਾ ਬਰ ਜਿਹੜੇ ਬੱਚਿਆਂ ਨੇ ਹੁਣੇ ਜਾਣਾ ਹੈ ਉਹ ਆਉਣ ਤੋਂ ਪਹਿਲਾਂ ਸਕਰੂਟੀ ਤੇ ਜਾਣ ਤੋਂ ਪਹਿਲਾਂ ਲੌਗਇਨ ਆਈਡੀ ਤੋਂ ਹੇਠ ਲਿਖੇ ਸਰਟੀਫਿਕੇਟ ਆਪਣੇ ਅਪਲੋਡ ਕਰ ਦੇਣਗੇ ਤਾਂ ਜੋ ਉੱਥੇ ਜਾ ਕੇ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਇਸ ਚੀਜ਼ ਨੂੰ ਤੁਸੀਂ ਪ੍ਰਿੰਟ ਆਊਟ ਕਢਾ ਕੇ ਚੰਗੀ ਤਰ੍ਹਾਂ ਮੈਚ ਕਰਕੇ ਆਪਣੀ ਸਰਟੀਫਿਕੇਟ ਰੈਡੀ ਕਰ ਲਓ ਫੋਟੋਕਾਪੀ ਸੈਲਫ ਟੈਸਟ ਦੇ ਕਰ ਲੋ ਇੱਕ ਤੇ ਇੱਕ ਕਾਪੀ ਉਦਾਂ ਰੱਖ ਲਓ ਫਿਰ ਵੀ ਸਾਰੇ ਸਰਟੀਫਿਕੇਟ ਲੈ ਕੇ ਤੁਸੀਂ ਉੱਥੇ 9:30 ਵਜੇ ਪਹੁੰਚ ਜਾਣਾ ਹੈ ਤੇ ਇਹ ਇਹ ਸਰਟੀਫਿਕੇਟ ਤੁਸੀਂ ਲੈ ਕੇ ਨਹੀਂ ਮੈਟ੍ਰਿਕ ਦਾ ਠੀਕ ਹੈ ਦਸਵੀਂ ਦਾ ਔਰ ਡੀ ਐਮ ਸੀ ਪਲੱਸ 2 ਦਾ ਡੀ ਐਮ ਸੀ ਗ੍ਰੈਜੂਏਸ਼ਨ ਦਾ ਡੀ ਐਮ ਸੀ ਐਂਡ ਡਿਗਰੀ ਫੋਰ ਬੀਏ ਦੀ ਡੀਐਮਸੀ اور ਡਿگری ਕੈਟਾਗਰੀ ਸਰਟੀਫਿਕੇਟ ਜਿਹੜਾ ਵੀ ਤੁਹਾਡਾ ਹੈ ਬੀਸੀ ਐਸਸੀ ਜੋ ਵੀ ਤੁਸੀਂ ਕੈਟਾਗਰੀ ਤੋਂ ਬਿਲੋਂਗ ਕਰਦੇ ਹੋ ਉਹ ਤੇ ਪੰਜਾਬ ਦਾ ਡੋਮਿਸਾਈਲ ਜਿਨ੍ਹਾਂ ਨੇ ਕੈਟਾਗਰੀ ਤੋਂ ਫਿਲ ਕੀਤਾ ਹੈ ਉਹ ਆਪਣਾ ਡੋਮਿਸਾਈਲ ਦਾ ਲੈ ਕੇ ਜਾਣਗੇ ਹੋਰ ਪੀਐਸ ਟੈਟ 2 ਜਿਹੜਾ ਤੁਸੀਂ ਪਾਸ ਕੀਤਾ ਹੈ ਉਹ ਤੇ ਫਿਰ ਜਿਹੜੇ ਉਹਨਾਂ ਨੇ ਪਰਫਾਰਮੇ ਆਪਣੀ ਵੈਬਸਾਈਟ ਤੇ ਪਾਏ ਹੋਏ ਨੇ ਜਿਵੇਂ ਕਿ ਕੋਸ਼ਨਾ ਪੱਤਰ ਜਾਂ ਇਸ ਤਰ੍ਹਾਂ ਦੇ ਕੋਈ ਵੀ ਪਾਏ ਹੋਏ ਨੇ ਤੁਸੀਂ ਉਹ ਸਾਰੇ ਡਾਊਨਲੋਡ ਕਰਕੇ ਉਥੇ ਪ੍ਰਿੰਟ ਕਢਾ ਕੇ ਤੁਸੀਂ ਭਰ ਕੇ ਉਹਨਾਂ ਨੂੰ ਫੇਰ ਲੈ ਕੇ ਜਾਣੇ ਹੈ ਠੀਕ ਹੈ ਆਸ਼ਾ ਕਰਦੇ ਹਾਂ ਕਿ ਤੁਹਾਡੇ ਸਾਰਿਆਂ ਦਾ ਸਿਲੈਕਸ਼ਨ ਚੰਗੀ ਤਰ੍ਹਾਂ ਬਿਨਾਂ ਅਰਜ਼ਨਾ ਤੋਂ ਹੋ ਜਾਵੇ ਸੋ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਥੈਂਕ ਯੂ एवरीवन ਫॉर ਵਾਚਿੰਗ ਥਿਸ ਵੀਡੀਓ